ਸਡਾਣਾ ਬ੍ਰਦਰਸ ਤੋਂ ਜਿਹੜੀ ਚੰਦੋਆ ਸਾਹਿਬ ਤਿਆਰ ਹੁੰਦੇ ਨੇ ਜਾਂ ਰਮਾਲਾ ਸਾਹਿਬ ਤਿਆਰ ਹੁੰਦੇ ਨੇ ਜਾਂ ਹੋਰ ਚੀਜ਼ਾਂ ਜਿਹੜੀਆਂ ਤਿਆਰ ਹੁੰਦੀਆਂ ਨੇ, ਕਿੱਥੇ ਕਿੱਥੇ ਤੱਕ ਤੁਸੀਂ ਭੇਜਦੇ ਹੋ? ਇਕੱਲੇ ਅਮੈਰੀਕਾ ਦੇ ਵਿੱਚ 200 ਤੋਂ ਵੱਧ ਗੁਰੂ ਘਰਾਂ 'ਚ ਅਤੇ ਕੈਨੇਡਾ ਦੇ ਵਿੱਚ 100 ਤੋਂ ਵੱਧ ਗੁਰੂ ਘਰਾਂ ਦੇ ਵਿੱਚ ਸਾਡਾ ਸਮਾਨ ਜਾ ਰਿਹਾ। ਮਤਲਬ ਸਾਡੇ ਪਿਤਾ ਜੀ ਨੇ ਸਾਨੂੰ ਕਦੀ ਕੰਪਰੋਮਾਈਜ਼ ਕਰਨਾ ਨਹੀਂ ਸਿਖਾਇਆ। ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਰੁਮਾਲਾ ਸਾਹਿਬ ਬਣਾਉਣਾ ਤਾਂ ਉਹ ਮਹਾਰਾਜ 'ਤੇ ਲੱਗਣਾ, ਤੁਸੀਂ ਮੁੱਖ ਰੱਖਣਾ ਮਹਾਰਾਜ ਨੂੰ। ਮਹਾਰਾਜ ਨੂੰ ਮੁੱਖ ਰੱਖ ਕੇ ਚੀਜ਼ ਬਣਾਓਗੇ ਤਾਂ ਕੀ ਬਣਾਓਗੇ? ਆਮ ਤੌਰ 'ਤੇ ਚੌਰ ਸਾਹਿਬ ਸਿਰਫ ਇਹੀ ਸੋਚਿਆ ਜਾਂਦਾ ਹੈ ਕਿ ਚੌਰ ਕੀਟਣਾ ਹੈ ਮਹਾਰਾਜ 'ਤੇ ਤਾਂ ਸ਼ਾਇਦ ਮੱਖੀਆਂ ਉਡਾਉਣ ਵਾਸਤੇ ਕਰ, ਪਰ ਚੌਰ ਸਾਹਿਬ ਦੀ ਆਪਣੀ ਇੱਕ ਮਰਿਆਦਾ ਹੈ। ਉਸ ਸਮੇਂ ਦੇ ਵਿੱਚ ਯਾਕ ਦੇ ਵਾਲਾਂ ਨਾਲ ਚੌਰ ਸਾਹਿਬ ਬਣਦਾ ਸੀ ਕਿਉਂਕਿ ਯਾਕ ਦੇ ਪੂੰਛ ਦੇ ਵਾਲਾਂ ਨੂੰ ਪਵਿੱਤਰ ਮੰਨਿਆ ਗਿਆ, ਬਰਫ਼ ਵਿੱਚ ਉਹ ਜਾਨਵਰ ਹੁੰਦਾ। ਸਾਡੀ ਦੁਕਾਨ 'ਤੇ ਤੁਹਾਨੂੰ ਇੱਕ ਵੀ ਚੌਰ ਸਾਹਿਬ ਕੋਈ ਨਾਇਲੋਨ ਦਾ ਜਾਂ ਕਿਸੇ ਚੀਜ਼ ਦਾ ਨਹੀਂ ਮਿਲੇਗਾ। ਉਹਦੇ ਵਾਸਤੇ ਸਾਡੀ ਹਮੇਸ਼ਾ ਤੋਂ ਖੋਜ ਰਹੀ, ਅਸੀਂ ਸੂਰਤ ਗਏ, ਬੋਂਬੇ ਗਏ, ਰਾਜਸਥਾਨ ਗਏ, ਹਰ ਥਾਂ 'ਤੇ ਆਪ ਗਏ, ਆਪ ਜਾ ਕੇ ਵੈਂਡਰਸ ਤੋਂ ਕੁਆਲਿਟੀ ਮਟੀਰੀਅਲਸ ਆਪ ਮੈਨੂਫੈਕਚਰ ਕਰਵਾਏ। ਚੰਦੋਆ ਸਾਹਿਬ ਬੜਾ ਸੁੰਦਰ ਤਰੀਕੇ ਦੇ ਨਾਲ ਇਹ ਤਿਆਰ ਕੀਤਾ ਗਿਆ। ਇਹਨਾਂ ਦੇ ਵਿੱਚ ਜਿਵੇਂ ਸ਼ਾਈਨਿੰਗ ਹੁੰਦੀ ਆ ਗੋਲਡਨ ਕਲਰ ਦੀ, ਇਹਦੇ ਵਿੱਚ ਫਿਰ ਗੋਲਡ ਵੀ ਯੂਜ਼ ਹੁੰਦਾ ਜੀ? ਜੋ ਇਹਦੇ ਵਿੱਚ ਮਟੀਰੀਅਲ ਹੁੰਦੇ ਨੇ ਉਹਨਾਂ ਦੇ ਵਿੱਚ ਕਾਪਰ, ਚਾਂਦੀ, ਸੋਨਾ, ਇਹ ਸਭ ਧਾਤਾਂ ਯੂਜ਼ ਹੁੰਦੀਆਂ ਨੇ। ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਗੁਰੂ ਘਰਾਂ ਦੇ ਲਈ ਅਸੀਂ ਕੰਮ ਕਰਦੇ ਹਾਂ ਤਾਂ ਰਹਿਤ ਮਰਿਆਦਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਜਦੋਂ ਇਹ ਸਾਰਾ ਸਮਾਨ ਤਿਆਰ ਹੁੰਦਾ ਹੈ ਤਾਂ ਰਹਿਤ ਮਰਿਆਦਾ ਕਿਵੇਂ ਮੇਨਟੇਨ ਕਰਦੇ ਹੋ ਤੁਸੀਂ? ਅਤੇ ਸੁਚਮਤਾ ਦੀ ਗੱਲ ਇਸ ਤਰ੍ਹਾਂ ਹੈ ਕਿ ਸਾਡੀ ਦੁਕਾਨ ਅੰਦਰ ਜੋੜੇ ਨਹੀਂ ਅਲਾਊਡ, ਤੁਸੀਂ ਦੇਖਿਆ ਹੀ ਹੈ। ਖਾਲੀ ਇਹ ਨਹੀਂ ਹੈ ਕਿ ਸਾਡੀ ਦੁਕਾਨ ਅੰਦਰ ਨਹੀਂ ਅਲਾਊਡ, ਸਾਡੀ ਕਿਸੇ ਵੀ ਵਰਕਸ਼ਾਪ ਅੰਦਰ ਜੋੜੇ ਅਲਾਊਡ ਨਹੀਂ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀ ਵੀ, ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ। ਇਸ ਵੇਲੇ ਪਟਿਆਲਾ ਦੇ ਵਿੱਚ ਸਡਾਣਾ ਬ੍ਰਦਰਸ ਦੇ ਕੋਲ ਅਸੀਂ ਮੌਜੂਦ ਹੈਗੇ ਹਾਂ ਜਿੱਥੋਂ ਰਮਾਲਾ ਸਾਹਿਬ ਅਤੇ ਚੰਦੋਆ ਸਾਹਿਬ ਤਿਆਰ ਕਰਕੇ ਦੁਨੀਆ ਭਰ ਦੇ ਗੁਰੂ ਘਰਾਂ ਦੇ ਵਿੱਚ ਭੇਜੇ ਜਾਂਦੇ ਨੇ। ਬੜੇ ਸੁੰਦਰ ਤਰੀਕੇ ਦੇ ਨਾਲ ਇੱਥੇ ਗੁਰੂ ਘਰਾਂ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ। ਸਡਾਣਾ ਬ੍ਰਦਰਸ ਸਾਡੇ ਨਾਲ ਮੌਜੂਦ ਹੈਗੇ ਨੇ ਗੁਰਮੀਤ ਸਿੰਘ ਔਰ ਇਕਬਾਲ ਸਿੰਘ। ਸਭ ਤੋਂ ਪਹਿਲਾਂ ਤਾਂ ਸਵਾਗਤ ਜਗਬਾਣੀ ਟੀ ਵੀ 'ਤੇ। ਅੱਛਾ, ਪਹਿਲਾ ਸਵਾਲ ਮੇਰਾ ਇਹੀ ਹੈ ਕਿ ਸਡਾਣਾ ਬ੍ਰਦਰਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਔਰ ਕਿੰਨੇ ਸਾਲ ਹੋ ਗਏ ਤੁਹਾਨੂੰ? ਸਡਾਣਾ ਬ੍ਰਦਰਸ ਦੀ ਸ਼ੁਰੂਆਤ ਸੰਨ 1992 ਵਿੱਚ ਹੋਈ ਜੀ। ਅਸੀਂ ਅੱਜ ਤੋਂ 31-32 ਸਾਲ ਪਹਿਲਾਂ ਅਸੀਂ ਰੁਮਾਲਾ ਸਾਹਿਬ ਦਾ ਕੰਮ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਪਹਿਲਾਂ ਅਸੀਂ ਇੱਥੇ ਇਸੀ ਸ਼ੇਰਪ ਜਾਮਰੀ ਮਾਰਕੀਟ ਦੇ ਵਿੱਚ ਮੈਂ ਔਰ ਮੇਰੇ ਡੈਡੀ ਸਰਦਾਰ ਮਨਮੋਹਨ ਸਿੰਘ ਸਡਾਣਾ ਜੀ ਨੇ ਇੱਥੇ ਨੌਕਰੀਆਂ ਵੀ ਕੀਤੀਆਂ ਨੇ। ਉਸ ਤੋਂ ਬਾਅਦ ਅਸੀਂ ਰੁਮਾਲਾ ਸਾਹਿਬ ਦਾ ਕੰਮ ਸ਼ੁਰੂ ਕੀਤਾ ਸੀ ਜੋ ਕਿ ਬਿਲਕੁਲ ਨੋਰਮਲ ਸਾਈਜ਼ ਦੇ ਰੁਮਾਲਾ ਸਾਹਿਬ, ਜੋ ਛੋਟੇ ਸਾਈਜ਼ ਦੇ ਰੁਮਾਲਾ ਸਾਹਿਬ ਆਪਾਂ ਦੇਖਦੇ ਹਾਂ ਬਾਜ਼ਾਰ ਦੇ ਵਿੱਚ ਸੇਲ ਹੁੰਦੇ ਨੇ, ਉਸ ਤੋਂ ਅਸੀਂ ਰੁਮਾਲਾ ਸਾਹਿਬ ਦੀ ਜਿਹੜੀ ਸ਼ੁਰੂਆਤ ਕੀਤੀ ਸੀ। ਠੀਕ ਹੈ, ਸਡਾਣਾ ਬ੍ਰਦਰਸ ਦੀ ਖਾਸੀਅਤ ਕੀ ਹੈਗੀ ਆ? ਕਿਉਂਕਿ ਚੰਦੋਆ ਸਾਹਿਬ ਔਰ ਰੁਮਾਲਾ ਸਾਹਿਬ ਬਹੁਤ ਜਗ੍ਹਾ ਤੋਂ ਮਿਲਦੇ ਨੇ, ਸਡਾਣਾ ਬ੍ਰਦਰਸ ਦੀ ਕੀ ਸਪੈਸੀਫਿਕ ਹੈਗਾ? ਸਡਾਣਾ ਬ੍ਰਦਰ ਦੀ ਜੋ ਖਾਸੀਅਤ ਉਹ ਇਹ ਹੈ ਜੀ, ਜੋ ਸਾਨੂੰ ਸਾਡੇ ਪਿਤਾ ਜੀ ਨੇ ਦੱਸਿਆ ਸੀ ਕਿ ਰੁਮਾਲਾ ਸਾਹਿਬ, ਜੋ ਇਹ ਰੁਮਾਲਾ ਸਾਹਿਬ ਚੰਦੋਆ ਸਾਹਿਬ ਹੈ, ਇਹ ਗੁਰੂ ਸਾਹਿਬ 'ਤੇ ਅੰਗੀਕਾਰ ਹੋਣਾ ਹੈ ਅਤੇ ਜੋ ਗੁਰੂ ਸਾਹਿਬ 'ਤੇ ਅੰਗੀਕਾਰ ਹੋਣਾ ਹੈ ਉਸਦੀ ਵੈਲਿਊ ਹਰ ਇੱਕ ਆਦਮੀ ਨੂੰ, ਹਰ ਬੰਦੇ ਨੂੰ ਨਹੀਂ ਪਤਾ ਹੁੰਦੀ। ਜਿਸ ਤਰ੍ਹਾਂ ਕਿ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਹੁੰਦੇ ਸਨ, ਰਾਜੇ ਮਹਾਰਾਜਿਆਂ ਦਾ ਮਹਿਲ, ਉਹਨਾਂ ਦੀ ਸ਼ਾਨੋ ਸ਼ੌਕਤ, ਉਹਨਾਂ ਦਾ ਸਤਿਕਾਰ ਇੱਕ ਵੱਖਰੇ ਢੰਗ ਨਾਲ ਹੁੰਦਾ ਸੀ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਕਿ ਮਹਾਰਾਜਿਆਂ ਦੇ ਮਹਾਰਾਜੇ ਕੰਸਿਡਰ ਕੀਤੇ ਜਾਂਦੇ ਹਨ, ਤੋ ਮਹਾਰਾਜਿਆਂ ਦੇ ਮਹਾਰਾਜਿਆਂ ਦੀ ਸ਼ੋਭਾ ਕਿਸ ਤਰ੍ਹਾਂ ਵੱਧ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੇ ਆਸ ਪਾਸ ਦੀ ਇਕੱਲੀ ਇਕੱਲੀ ਚੀਜ਼ ਨੂੰ ਅਸੀਂ ਫੋਕਸ ਕਰਕੇ ਕਿੰਨਾ ਕੁ ਸੋਹਣਾ ਬਣਾ ਸਕਦੇ ਹਾਂ ਅਤੇ ਕਿੰਨਾ ਕੁ ਆਲੀਸ਼ਾਨ ਉਹ ਜਗ੍ਹਾ ਨੂੰ ਬਣਾ ਸਕਦੇ ਹਾਂ, ਸਾਡਾ ਇਹ ਕੰਮ ਹੈ, ਸਾਡਾ ਇਹ ਕਿੱਤਾ ਹੈ।
अच्छा कहिंदे जो परमात्मा ने सेवा गुरु घर के लिए लाई होए तो जिम्मेवारी होर भी ज़्यादा बढ़ जाती है। 31 साल का समा बड़ा लम्मा होंदा है, किहो जिहा रहा एक्सपीरियंस थोड़ा है? ये सारे समय के विच हर रोज़ सीखण नूं मिलदा सी। इह जो किरत स्थान सानूं मिलिया है साडे पिता जी की देन है, महाराज की देन है, तो इस किस किरत स्थान पर शुरू तो महापुरशां के चरण पैंदे रहे, संगतां दे चरण पैंदे रहे। अज भी तुसी देखोगे कि कोई भी संगत इत्थे आंदी है तो वह सानू सब तो पहले यही कमेंट करती है कि भी इत्थे शांति मिलती है, आके जिस तरह गुरु घर च मिलती है इत्थे भी इस तरह ही शांति मिलती है। वह उन्हां महापुरशां दा उन्हां संगतां दा ही प्रताप है जिहड़ियां इत्थे चरण पाउंदियां, और जदों वह आंदियां तो वह इन्ने क शांति विच और इन्ने क भावना च हुंदियां, वह सारी भावना इस जगह नूं दे के जांदियां। अच्छा सडाणा ब्रदर्स तो जिहड़ी चंदोवा साहब तैयार होंदे ने जां रमाला साहब तैयार होंदे ने जां होर चीज़ां जिहड़ियां तैयार होंदियां ने कित्थे कित्थे तक तुसीं भेजदे हो? कित्थे तक दा सवाल ये है जी, अज तक दे जे नंबरस लगाइए तां 30 तों वध देशां दे विच वाहिगुरू दी कृपा है साडे ते कि असीं भेज पा रहे हां। कल्ले अमेरिका दे विच 200 तों वध गुरु घरां च, ते कैनेडा दे विच 100 तों वध गुरु घरां दे विच साडा समान जा रहा है। इस तरह बाकी देशों प्रदेशों हर जगह पर जा रहे। ये फिर ऑनलाइन ऑर्डर कर देंदी है संगत? हाँ जी, ये इस तरह ही 31 साल का समय है जी, हर वक्त यह दायरा बढ़ता गया बढ़ता गया। जिस तरह के जिहड़ी संगत खुश है उसने अगे 10 बंदियां नूं दस्या, उसने अगे 10 बंदियां नूं दस्या, तो इस तरह ही है जी, चलते रहे, कारवां बढ़ता रहा। बहुत संगत प्यार करती है हर देश च, हर जगह पर बहुत संगत। जिथे जिथे कित भी कोई किसी कोई रुमाला साहब बन के आता है जी, सोहने रुमाला साहब बन के आते हैं, सोहने चंदोवा साहब बन के आते हैं, वो अगे इस तरह ही 10 बंदे अगे दसते हैं कि उतो रुमाला साहब बनवाया, बहुत पसंद आया, बहुत सोहना सी, और दसा चो अगे दस वह भी बना के लैके जाते हैं रुमाला साहब अगे, वह भी सारे फिर इस तरह अगे तो अगे दसी जाते हैं, चीज़ सोहनी बनेगी, उसकी तारीफ भी होएगी। अच्छा गुरमीत जी, जिमें चंदोवा साहब और रुमाला साहब तो तुम तैयार कर दौ, इस तुँ इलावा गुरु घर का होर कि समान इतने तैयार होंगे? साढ़े को रुमाला साहब तो इलावा गुरु घर चौर साहब, आम तौर पर चौर साहब सिर्फ यही सोचा जाता है कि चौर कीटना है महाराज से तो शायद मक्खियाँ उड़ाने वास्ते करना है, पर चौर साहब की अपनी एक मर्यादा है, बाबा बुढ़ा जी तो मर्यादा चली आ रही है। उस समय के याक के वालों चौर साहब बनता सी, क्योंकि याक दे पूंछ दे वालां नूं पवित्र मन्निया गया, बर्फ विच ओह जानवर हुंदा है, तां असीं कोशिश करदे हां कि उसे मर्यादा नूं असीं कायम रखिए। साडी दुकान ते तुहानूं इक भी चौर साहिब कोई नायलॉन दा या किसी चीज़ दा नहीं मिलेगा, साढ़े कोल टोटल याक दे वालां दे चौर साहिब हुंदे हैं, ते उहदी जो उहदी शानो शौकत नूं होर वधाउण वास्ते जो डंडियां असीं पिछे यूज़ करदे हां ओह स्टील तों ब्रास तों लै के सोने चांदी दियां हर तरह दियां जिन्नी को वधिया तो वधिया लक्कड़ या कोई वधिया चीज़ असी यूज़ कर सकी वो सारियां असी करते हैं। अच्छा जिवें तुसी दस्या कि चौर साहब जिवें मर्यादा दे विच पहला हुंदा सी उवें तुसी तैयार करदे हो, इस तरह जिवें तुहाडा 31 साल दा एक्सपीरियंस हो गया, इन्हां 31 सालां दे विच तुसी कुछ बदलाव देखिया जिवें चंदोवा साहब तैयार करदे हो जां रुमाला साहब तैयार हुंदे ने, जो मटीरियल पहला यूज़ हुंदा सी उही अज भी हो रहा? साडी कोशिश यही रहिंदी है जी कि मतलब जो मटीरियल असी बेस्ट तो बेस्ट मटीरियल असी यूज़ कर सकीए उदे वास्ते साड़ी हमेशा तो खोज रही। असी सूरत गए, बॉम्बे गए, राजस्थान गए, हर थां ते आप गए, आप जाके वेंडर्स तो क्वालिटी मटीरियल्स आप मैनुफैक्चर करवाए जी। तो साड़ा हमेशा तो ये कोशिश है कि मतलब हमेशा असी धुर तक पहुँचीए और बेस्ट चीज़ असी लईए, उस असी कोई कॉम्प्रोमाइज़ मतलब साडे पिता जी ने सानू कभी कॉम्प्रोमाइज़ करना नहीं सिखाया। उन्होंने सानू ये कहा सी कि तुसी रुमाला साहब बनाना है तो वह महाराज से लगना है, तुसी मुख रखना महाराज नू, महाराज नू मुख रख के चीज़ बनाओगे तो की बनाओगे, बेस्ट ही बना सकते हैं, कोई मतलब सैकेंड थॉट हो ही नहीं सकती। हाँ यही सवाल मैं करन लगा सीगा कि जिवें संगत आउंदी है जिवें असी आम अपने लिए कपड़े लेने होण तां चंगे माड़े बंदा देख लैंदा, पर जदों गुरु घरां दे विच सेवा करनी होए तां हर किसी दे मन दे विच हुंदा कि चंगी क्वालिटी की जिहड़ी है चीज़ गुरु घर दे विच भेट की जाए, संगत दा इह सवाल रहिंदा हमेशा? संगत दा हमेशा सवाल रहिंदा है जी, जिन्नी साडे कोल संगत है उस नूं इह चीज़ ऑलरेडी पता है, एक ना संगत दे विच ऑलरेडी ऑलवेज बनी हुई है, साड़ी जो संगत साडे कोल पहुँचती है उन्होंने पहले ही पता है कि सडाणा ब्रदर्स तो चीज़ लाँगे तो इतने कोई कॉम्प्रोमाइज़ नहीं होना, क्वालिटी नाल तो कभी भी नहीं होना, जो चीज़ महाराज से चढ़ावे
ਅਤੇ ਉਹ ਉੱਥੇ ਜਾ ਕੇ ਪਰਫੈਕਟ ਹੀ ਚੜ੍ਹਨੀ ਹੈ। ਅਤੇ ਇਸ ਚੀਜ਼ ਦੀ ਸਾਨੂੰ ਮਹਾਰਾਜ ਨੇ ਵਡਿਆਈ ਦਿੱਤੀ ਹੈ ਅਤੇ ਇਹੀ ਚੀਜ਼ ਅੱਗੇ ਕੈਰੀ ਫੋਰਵਰਡ ਹੋ ਰਹੀ ਹੈ। ਅੱਛਾ, ਜਿਵੇਂ ਮੈਂ ਪਿੱਛੇ ਵੀ ਦੇਖ ਰਿਹਾ ਕਿ ਚੰਦੋਆ ਸਾਹਿਬ ਬੜਾ ਸੁੰਦਰ ਤਰੀਕੇ ਦੇ ਨਾਲ ਇਹ ਤਿਆਰ ਕੀਤਾ ਗਿਆ, ਇਹਨਾਂ ਦੇ ਵਿੱਚ ਜਿਵੇਂ ਸ਼ਾਈਨਿੰਗ ਹੁੰਦੀ ਹੈ ਗੋਲਡਨ ਕਲਰ ਦੀ, ਇਹਦੇ ਵਿੱਚ ਫਿਰ ਗੋਲਡ ਵੀ ਯੂਜ਼ ਹੁੰਦਾ? ਜੀ, ਜੋ ਇਹਦੇ ਵਿੱਚ ਮਟੀਰੀਅਲ ਹੁੰਦੇ ਨੇ ਉਹਨਾਂ ਦੇ ਵਿੱਚ ਕਾਪਰ, ਚਾਂਦੀ, ਸੋਨਾ, ਇਹ ਸਭ ਧਾਤਾਂ ਯੂਜ਼ ਹੁੰਦੀਆਂ ਨੇ। ਅੱਛਾ, ਜਿਵੇਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਦੇਖਦੇ ਹਾਂ ਕਿ ਬੜੇ ਸੁੰਦਰ ਰੁਮਾਲਾ ਸਾਹਿਬ ਹੋਏ ਚਾਹੇ ਚੰਦੋਆ ਸਾਹਿਬ ਹੋਏ, ਤਾਂ ਕਈ ਜਗ੍ਹਾ 'ਤੇ ਅਸੀਂ ਤਸਵੀਰਾਂ ਵੀ ਦੇਖਦੇ ਹਾਂ, ਉੱਥੇ ਫਿਰ ਜਦੋਂ ਸੰਗਤ ਭੇਟ ਕਰਦੀ ਹੈ ਉਹ ਵੀ ਇੱਥੋਂ ਹੀ ਜਾਂਦੇ ਨੇ ਚੰਦੋਆ ਸਾਹਿਬ? ਵਾਹਿਗੁਰੂ ਦੀ ਬੜੀ ਕਿਰਪਾ ਹੈ ਜੀ, ਦਰਬਾਰ ਸਾਹਿਬ ਦੀ ਸੇਵਾ ਸਾਨੂੰ ਮਿਲਦੀ ਹੈ ਅਤੇ ਬਹੁਤ ਬਖਸ਼ਿਸ਼ ਹੈ, ਸੰਗਤ ਖੁਸ਼ ਹੁੰਦੀ ਹੈ ਚੜ੍ਹਾ ਕੇ ਸਾਨੂੰ ਫੀਡਬੈਕਸ, ਤੁਸੀਂ ਸਾਡੇ ਗੂਗਲ 'ਤੇ ਦੇਖ ਸਕਦੇ ਹੋ, ਫੀਡਬੈਕਸ ਬਹੁਤ ਅੱਛੀਆਂ ਤੋਂ ਅੱਛੀਆਂ ਸਾਨੂੰ ਮਿਲਦੀਆਂ ਨੇ, ਇੰਟਰਨੈਸ਼ਨਲੀ ਸਾਰੇ ਪਾਸੋਂ ਮਿਲਦੀ। ਅੱਛਾ, ਜੇਕਰ ਕਿਸੇ ਨੇ ਬਾਹਰੋਂ ਕੋਈ ਵਿਦੇਸ਼ ਦੇ ਵਿੱਚ ਬੈਠਾ ਹੈ, ਜਿਵੇਂ ਇੰਟਰਵਿਊ ਦੇਖਦੇ ਨੇ, ਬੜੀ ਸਾਰੀ ਸੰਗਤ ਦੀ ਇੱਛਾ ਹੁੰਦੀ ਹੈ ਇੱਥੇ ਨਹੀਂ ਹੋ ਸਕਦੇ, ਜਾਂ ਉਹਨਾਂ ਨੇ ਔਨਲਾਈਨ ਜਿਹੜੀ ਹੈ ਸੇਵਾ ਕਰਵਾਉਣੀ ਹੁੰਦੀ ਹੈ, ਉਹ ਫਿਰ ਕਿਵੇਂ ਕੰਟੈਕਟ ਕਰਦੇ ਤੁਹਾਡੇ ਨਾਲ? ਸ਼ੁਰੂ ਤੋਂ ਰੈਫਰੈਂਸ ਤਾਂ ਹੁੰਦਾ ਹੈ ਜੀ, ਪਰ ਉਹ ਕੰਟੈਕਟ ਕਰਦੇ ਨੇ ਸਾਡੇ ਫੋਨਸ 'ਤੇ ਜਾਂ ਸਾਡੀ ਈਮੇਲ 'ਤੇ, ਉਸ ਤੋਂ ਬਾਅਦ ਵਟਸਐਪ 'ਤੇ ਸਿਲਸਿਲਾ ਚੱਲਦਾ ਹੈ ਅਤੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਬੈਸਟ ਵੇ ਨਾਲ ਜੋ ਵੀ ਉਹਨਾਂ ਨੂੰ ਚੀਜ਼ ਅਸੀਂ ਦਿਖਾਈਏ ਉਹਨੂੰ ਅਲੱਗ ਅਲੱਗ ਐਂਗਲਸ ਤੋਂ ਇਸ ਤਰ੍ਹਾਂ ਦਿਖਾਈਏ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਐਕਚੁਅਲ ਕੀ ਬਣੇਗਾ। ਹਾਂ, ਅੱਛਾ ਗੁਰਮੀਤ ਜੀ, ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਗੁਰੂ ਘਰਾਂ ਦੇ ਲਈ ਅਸੀਂ ਕੰਮ ਕਰਦੇ ਹਾਂ, ਤਾਂ ਰਹਿਤ ਮਰਿਆਦਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਜਦੋਂ ਇਹ ਸਾਰਾ ਸਮਾਨ ਤਿਆਰ ਹੁੰਦਾ ਫਿਰ ਰਹਿਤ ਮਰਿਆਦਾ ਕਿਵੇਂ ਮੇਨਟੇਨ ਕਰਦੇ ਹੋ ਤੁਸੀਂ? ਰਹਿਤ ਮਰਿਆਦਾ ਮੇਨਟੇਨ ਕਰਨ ਦੀ ਗੱਲ ਇਸ ਤਰ੍ਹਾਂ ਜੀ, ਸਾਡੇ ਅੰਦਰ ਜੋ ਅਸੀਂ ਰਹਿਤ ਮਰਿਆਦਾ ਮੇਨਟੇਨ ਕਰ ਸਕਦੇ ਹਾਂ ਉਹ ਹੈ ਗੁਰੂ ਮਹਾਰਾਜ ਦੀ ਇੱਕ ਇੱਕ ਚੀਜ਼ ਨੂੰ ਬਣਾਉਣ ਵੇਲੇ ਸੁਚਮਤਾ ਦੀ, ਕੁਆਲਿਟੀ ਦੀ। ਕੁਆਲਿਟੀ ਦਾ ਮੈਂ ਆਪ ਜੀ ਨੂੰ ਪਹਿਲੇ ਦੱਸ ਚੁੱਕੀ ਹਾਂ ਅਤੇ ਸੁਚਮਤਾ ਦੀ ਗੱਲ ਇਸ ਤਰ੍ਹਾਂ ਹੈ ਕਿ ਸਾਡੀ ਦੁਕਾਨ ਅੰਦਰ ਜੋੜੇ ਨਹੀਂ ਅਲਾਊਡ, ਤੁਸੀਂ ਦੇਖਿਆ ਹੀ ਹੈ। ਖਾਲੀ ਇਹ ਨਹੀਂ ਹੈ ਕਿ ਸਾਡੀ ਦੁਕਾਨ ਅੰਦਰ ਨਹੀਂ ਅਲਾਊਡ, ਸਾਡੀ ਕਿਸੇ ਵੀ ਵਰਕਸ਼ਾਪ ਅੰਦਰ ਜੋੜੇ ਅਲਾਊਡ ਨਹੀਂ ਹੈ। ਅਤੇ ਤੁਸੀਂ ਹੁਣ ਅਸੀਂ ਤੁਹਾਨੂੰ ਵਿਜ਼ਿਟ ਵੀ ਕਰਾਵਾਂਗੇ ਆਪਣੀ ਵਰਕਸ਼ਾਪ ਦੇ ਵਿੱਚ, ਉੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਸੁਚਮਤਾ ਨਾਲ ਔਰ ਭਾਵਨਾ ਨਾਲ ਰੁਮਾਲਾ ਸਾਹਿਬ ਨੂੰ ਬਣਾਇਆ ਜਾਂਦਾ। ਅੱਛਾ, ਜਿੰਨੇ ਵੱਡੇ ਪੱਧਰ 'ਤੇ ਤੁਸੀਂ ਕੰਮ ਕਰ ਰਹੇ ਹੋ ਲੋਕਲ ਸੇਲ ਦੇ ਉੱਪਰ ਤਾਂ ਇਹ ਡਿਪੈਂਡ ਨਹੀਂ ਰਹਿੰਦਾ, ਇਹ ਫਿਰ ਜ਼ਿਆਦਾ ਜਿਹੜੇ ਨੇ ਔਰਡਰ ਵਿਦੇਸ਼ਾਂ ਤੋਂ ਆਉਂਦੇ ਨੇ ਤੁਹਾਨੂੰ ਜਾਂ ਬਾਹਰ ਪੰਜਾਬ ਤੋਂ ਵੀ ਕੰਮ ਕਰਦੇ ਹੋ? ਜੀ ਬਿਲਕੁਲ, ਸਿਲਸਿਲਾ ਚੱਲਦਾ ਹੈ ਰੈਫਰੈਂਸ ਤੋਂ, ਰੈਫਰੈਂਸ ਤੋਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਰੈਫਰੈਂਸਿਸ ਚੱਲਦੇ ਹੈ ਅਤੇ ਸੰਗਤ ਥਰੂ ਆਊਟ ਦਾ ਵਰਲਡ ਸਾਡੇ ਕੋਲ ਪਹੁੰਚਦੀ ਹੈ। ਸਾਡਾ 30% ਕੰਮ ਹੀ ਫਿਜ਼ੀਕਲ ਪ੍ਰੈਜੈਂਸ 'ਤੇ ਹੈ ਜੀ, 70% ਤੋਂ ਵੱਧ ਕੰਮ ਸਾਡਾ ਸੰਗਤ ਔਨਲਾਈਨ ਹੀ ਕਰਦੀ ਹੈ। ਠੀਕ ਹੈ, ਧੰਨਵਾਦ ਤੁਹਾਡਾ ਬਹੁਤ ਬਹੁਤ ਗੱਲਬਾਤ ਕਰਨ ਦੇ ਲਈ। ਧੰਨਵਾਦ ਜੀ।